ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ। ਹਾਜ਼ਰ ਹੋਇਆ 4 ਤੋਂ ਲੈ ਕੇ 8 ਜੂਨ 2019 ਤੱਕ ਦਾ ਮੌਸਮ ਲੈ ਕੇ। ਦੋਸਤੋ, ਇਸ ਟਾਈਮ 'ਤੇ ਸਭ ਤੋਂ ਪਹਿਲਾਂ ਤਾਂ ਖੁਸ਼ਖਬਰੀ ਆ ਰਹੀ ਹੈ ਸਾਡੇ ਸਾਰੇ ਕਿਸਾਨ ਵੀਰਾਂ ਵਾਸਤੇ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਦੇ ਵਸਨੀਕਾਂ ਵਾਸਤੇ। ਉਹ ਇਹ ਹੈਗੀ ਹੈ ਕਿ ਜੋ ਪਿਛਲੇ 10 ਦਿਨ ਤੋਂ ਹੀਟ ਵੇਵ ਚੱਲ ਰਹੀ ਸੀ, ਜਿਹੜੀ ਲੂ ਚੱਲ ਰਹੀ ਸੀ, ਪੂਰਬ ਵੱਲੋਂ ਆਉਣ ਵਾਲੀਆਂ ਹਵਾਵਾਂ ਕਰਕੇ ਉਹਨਾਂ ਤੋਂ ਰਾਹਤ ਮਿਲਣ ਵਾਲੀ ਹੈ। ਇਹ ਪੰਜਾਬ ਦੇ ਵਿੱਚ ਦੇਖੋ ਕਿ 4 ਤਰੀਕ ਨੂੰ ਆਈਸੋਲੇਟਡ ਥਾਂ 'ਤੇ ਹੀਟ ਵੇਵ ਚੱਲ ਸਕਦੀ ਹੈ, ਉਸ ਤੋਂ ਅਗਾਂਹ ਗ੍ਰੀਨ ਹੋ ਗਿਆ, ਮਤਲਬ ਕਿ ਸਹੀ ਹੋ ਗਿਆ। ਇਸੇ ਤਰੀਕੇ ਦੇ ਨਾਲ ਹਰਿਆਣੇ ਦੇ ਵਿੱਚ ਉੱਪਰ ਦਿੱਤਾ ਸੀ। ਰਾਜਸਥਾਨ ਦੇਖੋ, ਲਾਲ ਦੇ ਵਿੱਚੋਂ ਨਿਕਲ ਕੇ ਐਂਬਰ ਕਲਰ ਅਤੇ ਫਿਰ ਇਹ ਔਰੇਂਜ ਕਲਰ ਦੇ ਵਿੱਚ ਆ ਰਿਹਾ, ਮਤਲਬ ਕਿ ਸਾਰੇ ਪਾਸੇ ਹੀ ਹੀਟ ਵੇਵ ਘੱਟ ਰਹੀ ਹੈ। ਇਹ ਈਸਟਰਲੀ ਹਵਾ ਜਿਹੜੀ ਚੱਲ ਰਹੀ ਹੈ, ਪੂਰਬ ਤੋਂ ਆਉਣ ਵਾਲੀਆਂ ਹਵਾਵਾਂ ਕਰਕੇ ਹੀਟ ਵੇਵ ਹੁਣ ਜਾ ਰਹੀ ਹੈ ਅਤੇ ਸਾਡੇ ਜਿਹੜਾ ਹੈਗਾ ਟੁੱਲ ਕੁੱਲ ਮਿਲਾ ਕੇ ਹਾਈਐਸਟ ਟੈਂਪਰੇਚਰ ਨੇ ਜਿਹੜੇ ਨੇ ਅੱਤ ਮਚਾਈ ਹੋਈ ਸੀ, ਉਹ ਥੋੜ੍ਹਾ ਜਿਹਾ ਘਟੂਗਾ। ਇਹਦੇ ਨਾਲ ਨਾਲ ਕਿਸਾਨ ਵੀਰੋ, ਇਸ ਟਾਈਮ 'ਤੇ ਹਰਿਆਣਾ ਅਤੇ ਉੱਤਰੀ ਪੂਰਬੀ ਰਾਜਸਥਾਨ ਦੇ ਉੱਪਰ ਇੱਕ ਸਾਈਕਲੋਨਿਕ ਸਰਕੂਲੇਸ਼ਨ ਬਣਿਆ ਹੋਇਆ ਹੈ। ਦੂਸਰੇ ਪਾਸੇ ਇੱਕ ਪੱਛਮੀ ਚੱਕਰਵਾਤ, ਜਿਹੜਾ ਕਿ ਸਾਡੇ ਇੱਥੇ ਬਹੁਤਾ ਪ੍ਰਭਾਵ ਨਹੀਂ ਪਾਏਗਾ, ਲੇਕਿਨ ਠੰਡੇ ਏਰੀਏ ਜੰਮੂ ਕਸ਼ਮੀਰ ਅਤੇ ਹਿਮਾਚਲ ਵਾਲੇ ਪਾਸੇ ਜਾਊਗਾ ਅਤੇ ਉੱਥੇ 4, 5, 6 ਜੂਨ 2019 ਨੂੰ ਬਾਰਿਸ਼ ਕਰੇਗਾ ਕਾਫੀ ਜ਼ਿਆਦਾ ਜਗ੍ਹਾ ਦੇ ਉੱਪਰ। ਜੇਕਰ ਉਸਨੂੰ ਤੁਸੀਂ ਆਪਣੇ ਏਰੀਏ ਦੇ ਵਿੱਚ ਦੇਖੋ ਤੁਸੀਂ, ਤਾਂ ਸਾਡੇ ਜਿਹੜਾ ਹੈਗਾ ਉੱਤਰਾਖੰਡ, ਹਰਿਆਣਾ, ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿੱਚ 4, 5 ਅਤੇ 6 ਜੂਨ ਨੂੰ ਆਈਸੋਲੇਟਡ ਪਲੇਸਿਸ ਦੇ ਉੱਪਰ ਬਾਰਿਸ਼ ਹੋ ਸਕਦੀ ਹੈ। ਪੰਜਾਬ ਨਾਲ ਲੱਗਦੇ ਗੰਗਾਨਗਰ, ਹਨੂੰਮਾਨਗੜ੍ਹ ਦੇ ਵਿੱਚ ਇਹ ਬਾਰਿਸ਼ ਹੋਣ ਦੀ ਬਹੁਤ ਘੱਟ ਉਮੀਦ ਹੈ ਅਤੇ ਬਾਰਿਸ਼ ਕਿੰਨੀ ਹੋਏਗੀ, ਬਹੁਤ ਹੀ ਹਲਕੀ ਬਾਰਿਸ਼ ਹੋਏਗੀ। ਇਸ ਦੇ ਨਾਲ 3 ਦੀ ਰਾਤ 4, 5 ਅਤੇ 6 ਜੂਨ ਨੂੰ ਆਪਣਾ ਹਰਿਆਣਾ ਅਤੇ ਰਾਜਸਥਾਨ ਦੇ ਵਿੱਚ ਧੂੜ ਭਰੀ ਹਨੇਰੀ, ਜਿਹਦੀ ਸਪੀਡ 40 ਤੋਂ 50 ਕਿਲੋਮੀਟਰ ਹੋਏਗੀ, ਚੱਲਣ ਦੀ ਸੰਭਾਵਨਾ ਹੈ। ਜਦੋਂ ਕਿ ਪੰਜਾਬ ਅਤੇ ਪੰਜਾਬ ਨਾਲ ਲੱਗਦੇ ਹਿੱਸਿਆਂ ਦੇ ਵਿੱਚ ਇਹ ਜਿਹੜੀ ਧੂੜ ਭਰੀ ਹਨੇਰੀ ਹੈ, ਜਿਹੜੀ ਤੇਜ਼ ਹਵਾ ਹੈ, ਇਹਦੀ ਸਪੀਡ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ। ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਿ ਤੁਸੀਂ ਮੈਪ ਦੇ ਵਿੱਚ ਵੀ ਦੇਖਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਕੁਝ ਥਾਵਾਂ 'ਤੇ ਹੋ ਸਕਦੀ ਹੈ, ਜੇਕਰ ਅਸੀਂ ਪੂਰੇ ਭਾਰਤ ਦਾ ਮੈਪ ਦੇਖੀਏ, ਪਹਿਲੀ ਗੱਲ ਤਾਂ ਦੇਖੋ ਕਿ ਹੀਟ ਵੇਵ ਜੋ ਰਾਜਸਥਾਨ ਦੇ ਵਿੱਚ ਸੀਗੀ ਉਹ ਘੱਟ ਰਹੀ ਹੈ। 4, 5 ਅਤੇ 6 ਤਰੀਕ ਦਾ ਮੈਪ ਦੇਖ ਰਹੇ ਹੋ ਤਾਂ ਇੱਥੇ ਜਿਹੜਾ ਹੈਗਾ ਸਾਡੇ ਪੰਜਾਬ, ਹਰਿਆਣਾ, ਰਾਜਸਥਾਨ ਦੇ ਵਿੱਚ ਧੂੜ ਭਰੀ ਹਨੇਰੀ ਅਤੇ ਆਈਸੋਲੇਟਡ ਪਲੇਸਿਸ ਦੇ ਉੱਪਰ ਬਾਰਿਸ਼ ਦਿਖਾਈ ਦੇ ਰਹੀ ਹੈ, ਜਿਹੜੀ ਕਿ ਅੱਗੇ 7, 8, 9 ਨੂੰ ਜਿਹੜਾ ਹੈਗਾ ਮੌਸਮ ਖੁਸ਼ਕ ਹੋ ਜਾਂਦਾ ਹੈ। ਇਸ ਤਰੀਕੇ ਦੇ ਨਾਲ ਜੇਕਰ ਅਸੀਂ ਜ਼ਿਲ੍ਹੇਵਾਰ ਅੱਗੇ ਦੇਖਣਾ ਚਾਹਾਂਗੇ ਤਾਂ ਜ਼ਿਲ੍ਹੇਵਾਰ ਦੇ ਵਿੱਚ ਇਹ ਹੈ ਕਿ 3 ਦੀ ਰਾਤ 4, 5 ਅਤੇ 6 ਜੂਨ 2019 ਨੂੰ ਪੰਜਾਬ ਦੇ ਨਵਾਂਸ਼ਹਿਰ, ਰੂਪਨਗਰ, ਹੁਸ਼ਿਆਰਪੁਰ, ਸ਼੍ਰੀ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ, ਪਠਾਨਕੋਟ ਅਤੇ ਚੰਡੀਗੜ੍ਹ ਦੇ ਕੁਛ ਪੋਕਟਸ ਦੇ ਵਿੱਚ, ਆਈਸੋਲੇਟਡ ਪਲੇਸਿਸ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਪੂਰਾ ਜ਼ਿਲ੍ਹਾ ਕਦੇ ਕਵਰ ਨਹੀਂ ਹੋਏਗਾ, ਹੋ ਸਕਦਾ ਕਿ ਇੱਕ ਪਿੰਡ ਦਾ ਅੱਧਾ ਹਿੱਸਾ ਕਵਰ ਹੋਵੇ ਤਾਂ ਅੱਧਾ ਕਵਰ ਹੀ ਨਾ ਹੋਵੇ। ਹਰਿਆਣੇ ਦੇ ਵਿੱਚ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰਾ, ਕੈਥਲ ਅਤੇ ਕਰਨਾਲ ਦੇ ਵਿੱਚ ਕੁਝ ਸਥਾਨਾਂ 'ਤੇ, ਮਤਲਬ ਕਿ ਆਈਸੋਲੇਟਡ ਪਲੇਸਿਸ ਦੇ ਉੱਪਰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਜ਼ਿਆਦਾਤਰ ਹਿੱਸੇ 'ਚ ਬਾਰਿਸ਼ ਹੋਏਗੀ ਅਤੇ ਥੋੜ੍ਹੀ ਬਹੁਤ ਬਾਰਿਸ਼ ਹੋਣ ਦੀ ਹਨੂੰਮਾਨਗੜ੍ਹ ਅਤੇ ਗੰਗਾਨਗਰ ਦੇ ਵਿੱਚ ਵੀ ਇਹਨਾਂ ਦਿਨਾਂ ਦੇ ਵਿੱਚ ਸੰਭਾਵਨਾ ਵਿਅਕਤ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਇਸ ਤੋਂ ਅੱਗੇ ਵੈਦਰ ਵਾਰਨਿੰਗ ਦੀ ਗੱਲ ਦੇਖੋਗੇ ਤਾਂ ਵੈਦਰ ਵਾਰਨਿੰਗ ਜਿਹੜੀ ਹੈਗੀ ਹੈ ਇਹੀ ਦੱਸਦੀ ਹੈ ਕਿ 4, 5, 6 ਨੂੰ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਹੈ। ਹਰਿਆਣਾ, ਰਾਜਸਥਾਨ ਦੇ ਵਿੱਚ ਸਪੀਡ 40 ਤੋਂ 50 ਅਤੇ ਪੰਜਾਬ ਦੇ ਵਿੱਚ 30 ਤੋਂ 40 ਕਿਲੋਮੀਟਰ ਰਹਿਣ ਦੀ ਸੰਭਾਵਨਾ ਹੈ, ਜੋ ਕਿ ਅੱਗੇ ਜਾ ਕੇ ਮੌਸਮ ਖੁਸ਼ਕ ਹੋ ਜਾਏਗਾ। ਧੰਨਵਾਦ ਦੋਸਤੋ, ਮਿਹਰਬਾਨੀ ਦੋਸਤੋ, ਵੀਡੀਓ ਚੰਗੀ ਲੱਗੇ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ।